ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਬੇਲ ਦਾ ਸ਼ੇਕ ਬਣਾਵਾਂਗੇ। ਬੜਾ ਈਜ਼ੀ ਹੈ ਬਣਾਉਣਾ, ਇਹ 'ਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ, ਇਹਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਨੇ ਅਤੇ ਬੈਕ ਪੇਨ ਲਈ ਇਹਨੂੰ ਬੜਾ ਵਧੀਆ ਮੰਨਿਆ ਜਾਂਦਾ, ਲੀਵਰ ਲਈ ਬੜਾ ਫਾਇਦੇਮੰਦ ਹੈ ਇਹ। ਅਤੇ ਆਪਾਂ ਸ਼ੁਰੂ ਕਰਦੇ ਹਾਂ ਬੇਲ ਦਾ ਸ਼ੇਕ ਬਣਾਉਣਾ। ਆਹ ਦੇਖੋ, ਆ ਮੈਂ ਬੇਲ ਲਿਆ ਇੱਕ, ਅਤੇ ਚੀਨੀ ਲਈ ਹੈ, ਇਲਾਇਚੀ ਪਾਊਡਰ ਲਵਾਂਗੇ ਅਤੇ ਇੱਕ ਗਲਾਸ ਦੁੱਧ ਦਾ ਲਿਆ। ਅਤੇ ਸ਼ੁਰੂ ਕਰਦੇ ਹਾਂ ਹੁਣ ਆਪਾਂ। ਦੇਖੋ ਮੈਂ ਇਹਨੂੰ ਤੋੜ ਲਿਆ, ਅੰਦਰੋਂ ਇਹ ਪੱਕਿਆ ਹੋਇਆ ਨਿਕਲਿਆ ਪੂਰਾ। ਹੁਣ ਆਪਾਂ ਇਹਨੂੰ ਵਿੱਚੋਂ ਕੱਢਾਂਗੇ। ਮੈਂ ਇਹਦੇ ਬੀਜ ਕੱਢਾਂਗੀ ਕਿਉਂਕਿ ਬੀਜਾਂ ਨਾਲ ਇਹ ਕੌੜਾ ਹੋ ਜਾਂਦਾ। ਦੇਖੋ ਮੈਂ ਇਹਦੇ ਸਾਰੇ ਬੀਜ ਕੱਢਤੇ ਨੇ ਅਤੇ ਸ਼ੇਕ ਦਾ ਟੇਸਟ ਖਰਾਬ ਕਰਨਗੇ ਸਾਰੇ, ਤਾਂ ਕਰਕੇ ਮੈਂ ਬੀਜ ਅਲੱਗ ਕੱਢ ਲਏ। ਤਿੰਨ ਚਮਚੇ ਮੈਂ ਚੀਨੀ ਦੇ ਪਾਊਂਗੀ, ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ। ਥੋੜ੍ਹਾ ਜਿਹਾ ਮੈਂ ਇਲਾਇਚੀ ਪਾਊਡਰ ਪਾਊਂਗੀ, ਦੁੱਧ ਪਾ ਦਾਂਗੇ ਇੱਕ ਗਲਾਸ। ਅਤੇ ਬਲੈਂਡ ਕਰਾਂਗੇ ਹੁਣ ਆਪਾਂ ਇਹਨੂੰ। ਆਹ ਦੇਖੋ ਸ਼ੇਕ ਆਪਣਾ ਥੋੜ੍ਹਾ ਗਾੜਾ ਬਣਿਆ, ਆਪਾਂ ਥੋੜ੍ਹਾ ਦੁੱਧ ਹੋਰ ਪਾਵਾਂਗੇ, ਤੁਸੀਂ ਦੇਖ ਕੇ ਪਾ ਸਕਦੇ ਹੋ ਬਾਅਦ 'ਚੋਂ ਵੀ ਦੁੱਧ। ਇੱਕ ਗਲਾਸ ਆਪਾਂ ਹੋਰ ਪਾ ਦਾਂਗੇ। ਆ ਦੇਖੋ ਸ਼ੇਕ ਆਪਣਾ ਤਿਆਰ ਆ, ਹੁਣ ਮੈਂ ਇਹ 'ਚ ਥੋੜ੍ਹੀ ਬਰਫ਼ ਪਾਵਾਂਗੀ। ਮੈਂ ਅੰਡੇ 'ਚ ਥੋੜ੍ਹੀ ਬਰਫ਼ ਪਾ ਕੇ ਇਹਨੂੰ ਫੇਰ ਸ਼ੇਕ ਕਰਾਂਗੀ। ਦੇਖੋ ਸ਼ੇਕ ਆਪਣਾ ਪੂਰੀ ਤਰ੍ਹਾਂ ਤਿਆਰ ਹੋ ਗਿਆ। ਮੈਂ ਗਲਾਸ ਲਏ ਨੇ ਹੁਣ, ਹੁਣ ਮੈਂ ਇਹਨਾਂ 'ਚ ਸ਼ੇਕ ਪਾ ਦੂੰਗੀ। ਸ਼ੇਕ ਆਪਣਾ ਤਿਆਰ ਹੈ, ਹੁਣ ਮੈਂ ਤਾਂ ਬਦਾਮ ਨਾਲ ਇਹਦੀ ਗਾਰਨਿਸ਼ਿੰਗ ਕਰੂੰਗੀ, ਤੁਸੀਂ ਚਾਹੋ ਤਾਂ ਆਪਣੀ ਪਸੰਦ ਦੇ ਡਰਾਈ ਫਰੂਟਸ ਪਾ ਸਕਦੇ ਹੋ। ਹੁਣ ਮੈਂ ਥੋੜ੍ਹੀ ਜਿਹੀ ਇਹਦੇ ਉੱਤੇ ਚੈਰੀ ਪਾ ਦਾਂਗੀ। ਚੈਰੀ ਨਾਲ ਬਹੁਤ ਟੇਸਟੀ ਲੱਗਦਾ, ਤੁਸੀਂ ਜ਼ਰੂਰ ਪਾਇਓ। ਫਰੈਂਡਸ, ਤੁਹਾਨੂੰ ਬੇਲ ਦਾ ਸ਼ੇਕ ਕਿਵੇਂ ਲੱਗਿਆ ਮੈਨੂੰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਬਟਨ ਦਬਾਓ, ਤਾਂ ਕਿ ਜੋ ਵੀ ਮੈਂ ਕੁਛ ਨਵਾਂ ਬਣਾਉਂਗੀ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲੇ। ਤਾਂ ਇੱਕ ਹੋਰ ਰੈਸਪੀ 'ਚ ਮਿਲਾਂਗੇ ਆਪਾਂ, ਅੱਜ ਲਈ ਬਸ ਇੰਨਾ ਹੀ। ਥੈਂਕ ਯੂ।